ਸਿਕਾਲ ਦੋਸਤੋ ਤੁਸੀਂ ਵੇਖ ਰਹੇ ਹੋ ਡੀਲਜ਼ ਪੰਜਾਬ ਤੇ ਮੈਂ ਤੁਹਾਡਾ ਦੋਸਤ ਦਿਲਬਾਗ ਜ਼ਖਮੀ ਤਾਂ ਦੋਸਤੋ ਪਿਛਲੇ ਦਿਨੀ ਇੱਕ ਵੀਡੀਓ ਜਿਹੜੀ ਕਾਫੀ ਵਾਇਰਲ ਹੋਈ ਸੀ ਬਲਵਿੰਦਰ ਸਿੰਘ ਪਿੰਡ ਮੱਲਣ ਤੋਂ ਜ਼ਿਲ੍ਹਾ ਮੁਕਤਸਰ ਤੋਂ ਸਾਊਦੀ ਅਰਬ ਦੇ ਵਿੱਚ ਜੇਲ੍ਹ ਦੇ ਵਿੱਚ ਹੈ ਤੁਹਾਨੂੰ ਦੱਸ ਦਈਏ ਕਿ 15 ਤਰੀਕ ਨੂੰ ਜਿਹੜਾ ਉਸਦਾ ਸਿਰ ਕਲਮ ਕਰਨ ਦੀ ਸਜ਼ਾ ਹੋਈ ਸੀ 15 ਤਰੀਕ ਲਾਸਟ ਸੀ ਅੱਜ 16 ਹੋ ਚੁੱਕੀ ਹੈ ਅੱਜ ਉਸ ਪਰਿਵਾਰ ਦੇ ਕੋਲ ਪਹੁੰਚੇ ਹਾਂ ਉਸ ਸ਼ਖਸ ਦਾ ਹਾਲ ਜਾਣਨ ਦੇ ਲਈ ਕਿ ਉਹ ਜੇਲ੍ਹ 'ਚੋਂ ਬਾਹਰ ਆ ਗਿਆ ਜਾਂ ਨਹੀਂ ਕਿਉਂਕਿ ਪੈਸਾ ਜਿਹੜਾ ਹੈਗਾ 2 ਕਰੋੜ ਰੁਪਇਆ ਲਗਭਗ ਬਲੱਡ ਮਨੀ ਦੇਣੀ ਸੀਗੀ ਉਹ ਪੈਸਾ ਜ਼ਰੂਰ ਇਕੱਠਾ ਹੋ ਗਿਆ ਸੀਗਾ ਇੰਡੀਆ ਦੇ ਵਿੱਚੋਂ ਸਿੱਖ ਭਾਈਚਾਰੇ ਨੇ ਜਾਂ ਹੋਰ ਬਹੁਤ ਸਾਰੇ ਲੋਕਾਂ ਨੇ ਹੈਲਪ ਕੀਤੀ ਸੀ ਉਹ ਪੈਸਾ ਇਕੱਠਾ ਹੋ ਗਿਆ ਸੀ ਉਹ ਟ੍ਰਾਂਸਫਰ ਹੋਇਆ ਜਾਂ ਨਹੀਂ ਹੋਇਆ ਬਲਵਿੰਦਰ ਸਿੰਘ ਉਧਰੋਂ ਜੇਲ੍ਹ 'ਚੋਂ ਬਾਹਰ ਆਇਆ ਜਾਂ ਨਹੀਂ ਆਇਆ ਇਹ ਜਾਣਨ ਦੇ ਲਈ ਪਹੁੰਚੇ ਉਸ ਪਰਿਵਾਰ ਦੇ ਕੋਲ ਇਹ ਕਰਦੇ ਹਾਂ ਗੱਲਬਾਤ ਕਿ ਕਿੱਥੇ ਜੇ ਖੜੀ ਹੈ ਗੱਲ ਹਾਲੇ ਪਰਿਵਾਰ ਦੇ ਨਾਲ ਬੈਠੇ ਹਾਂ ਸਾਡੇ ਨਾਲ ਬਾਈ ਜੋਗਿੰਦਰ ਜੀ ਨੇ ਜਿਨ੍ਹਾਂ ਦੇ ਅਕਾਊਂਟ 'ਚ ਜਿਹੜਾ ਉਹ ਸਾਰਾ ਪੈਸਾ ਆਇਆ ਅਤੇ ਇਹੀ ਸਾਰਾ ਉਹ ਸਾਰਾ ਮੈਟਰ ਦੇਖ ਰਹੇ ਨੇ ਬਾਈ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਬਾਈ ਜੀ ਕਿੱਥੇ ਜੇ ਗੱਲ ਖੜੀ ਹੈ ਕਿਉਂਕਿ ਕੱਲ੍ਹ 15 ਤਰੀਕ ਸੀਗੀ ਲਾਸਟ ਡੇਟ ਸੀਗੀ ਅੱਜ 16 ਹੋ ਚੁੱਕੀ ਹੈ ਹੁਣ ਕਿੱਥੇ ਜੇ ਗੱਲ ਖੜੀ ਹੈ ਬਲਵਿੰਦਰ ਬਾਹਰ ਆਇਆ ਜਾਂ ਨਹੀਂ ਆਇਆ ਬਾਈ ਜੀ ਜਿਹੜਾ ਆਪਣੇ ਅਕਾਊਂਟ ਦੇ ਵਿੱਚ ਪੈਸਾ ਆਇਆ ਸੀ ਉਹਦੇ ਵਿੱਚ 1 ਕਰੋੜ ਅਤੇ 60 ਲੱਖ ਰੁਪਏ ਜਿਹੜਾ ਆਪਾਂ ਨੂੰ ਜਿਵੇਂ ਆਪਾਂ ਨੂੰ ਕਿਹਾ ਗਿਆ ਸੀ ਉਸ ਦੇ ਮੁਤਾਬਕ 1 ਕਰੋੜ 60 ਲੱਖ ਰੁਪਏ ਆਪਾਂ ਭਾਰਤ ਸਰਕਾਰ ਦੇ ਖਾਤੇ 'ਚ ਭੇਜਤਾ ਸੀਗਾ ਉਸ ਤੋਂ ਬਾਅਦ ਉਹਨਾਂ ਨੇ ਜੋ ਵਿਦੇਸ਼ ਮੰਤਰਾਲੇ ਰਾਹੀਂ ਜਿਹੜਾ ਹੈਗਾ ਉਹ ਪੇਮੈਂਟ ਬਲਵਿੰਦਰ ਦੇ ਖਾਤੇ 'ਚ ਪਹੁੰਚ ਚੁੱਕੀ ਹੈ ਅਤੇ ਪ੍ਰੋਸੈਸ ਉੱਥੋਂ ਦਾ ਹੈਗਾ ਜਦੋਂ ਹੁਣ ਛੁੱਟੀਆਂ ਚੱਲ ਰਹੀਆਂ ਕਹਿੰਦੇ ਉੱਥੇ ਉੱਥੋਂ ਦੇ ਰਾਸ਼ਟਰਪਤੀ ਦੁਬਈ ਦੇ ਉਹਨਾਂ ਦੀ ਉਹ ਐਕਸਪਾਇਰ ਹੋ ਗਿਆ ਅਤੇ ਉਸ ਬੇਸ 'ਤੇ ਉਹਨਾਂ ਦੀਆਂ ਛੁੱਟੀਆਂ ਚੱਲ ਰਹੀਆਂ ਅੱਗੇ ਜੋ ਪ੍ਰੋਸੈਸ ਹੋਊਗਾ ਕੋਰਟ ਦਾ ਹੋਊਗਾ ਕਾਗਜ਼ੀ ਕਾਰਵਾਈ ਹੋਊਗੀ ਉਹਦੇ 'ਤੇ 8-10 ਦਿਨ ਦਾ ਟਾਈਮ ਮੇਰੇ ਖਿਆਲ 'ਚ ਲੱਗ ਜੂਗਾ ਜੀ ਅਤੇ ਉਸ ਤੋਂ ਬਾਅਦ ਬਲਵਿੰਦਰ ਨੂੰ ਡਿਪੋਰਟ ਕਰਨਗੇ ਉੱਥੇ ਫਿਲਹਾਲ ਕੁਛ ਪਤਾ ਲੱਗਿਆ ਕਿ ਉੱਧਰ ਦੀ ਅਦਾਲਤ ਦੇ ਜਾਂ ਉੱਧਰਲੇ ਜੋ ਵੀ ਸਜ਼ਾ ਸੁਣਾਉਂਦੇ ਨੇ ਮੈਜਿਸਟਰੇਟ ਨੇ ਜਾਂ ਕੋਈ ਜੱਜ ਹੈ ਉਹਨਾਂ ਤੱਕ ਇਹ ਗੱਲ ਪਹੁੰਚ ਚੁੱਕੀ ਹੈ ਕਿ ਪੈਸਾ ਪਹੁੰਚ ਚੁੱਕਿਆ ਬਿਲਕੁਲ ਬਿਲਕੁਲ ਉਹ ਆਪਣੀ 13 ਤਰੀਕ ਨੂੰ ਇੱਥੋਂ ਪੇਮੈਂਟ ਕੱਟੀ ਗਈ ਸੀ 13 ਤਰੀਕ ਨੂੰ ਹੀ ਇੱਥੋਂ ਚਲੀ ਗਈ ਸੀ ਅਤੇ ਆਪਣੇ ਵਕੀਲ ਸਾਹਿਬ ਦੀ ਗੱਲ ਹੋ ਗਈ ਸੀ ਆਪਣੇ ਨਾਲ ਉਹ ਕਹਿੰਦੇ ਹੁਣ ਸਾਡਾ ਕੰਮ ਰਹਿ ਗਿਆ ਅੱਗੇ ਤੁਹਾਡੇ ਜਿਹੜਾ ਕੰਮ ਸੀਗਾ ਤੁਸੀਂ ਪੂਰਾ ਕਰਤਾ ਅੱਗੇ ਸਾਡੀ ਕਾਰਵਾਈ ਹੈ ਤੁਸੀਂ ਬੇਫਿਕਰ ਹੋ ਕੇ ਵੀ ਆਪਣਾ ਟੈਨਸ਼ਨ ਫਰੀ ਰਹੋ ਅਤੇ ਅੱਗੇ ਪ੍ਰੋਸੈਸ ਆ ਜੋ ਉਹ ਅਸੀਂ ਕਰਾਂਗੇ ਅੱਛਾ ਬਾਈ ਜੀ ਜੇ ਆਪਾਂ ਮੋਟਾ ਮੋਟਾ ਜਾਣੀਏ ਵੀ ਕਿੰਨਾ ਪੈਸਾ ਇਕੱਠਾ ਹੋਇਆ ਸੀ ਕਿੰਨਾ ਤੁਸੀਂ ਪਾਤਾ ਕਿੰਨਾ ਰਹਿ ਗਿਆ ਆਪਣੇ ਕੋਲ ਇੱਥੇ ਇੰਡੀਆ ਵਾਲੇ ਖਾਤੇ 'ਚ 1 ਕਰੋੜ 92 ਲੱਖ ਰੁਪਇਆ ਹੋਇਆ ਸੀਗਾ ਜੀ ਸਾਰਾ 76-76 ਜਿਹੜਾ ਪਹਿਲਾਂ ਭੇਜਿਆ ਸੀ ਉਹ ਵਾਪਸ ਆ ਕੇ ਸਾਰਾ 91 ਹੋਇਆ ਸੀ 160 ਆਪਾਂ ਭੇਜ ਚੁੱਕੇ ਹਾਂ 32 ਲੱਖ ਰੁਪਇਆ ਹਾਲੇ ਇੱਥੇ ਆਪਣੇ ਖਾਤੇ 'ਚ ਪਿਆ ਬਈ ਅਤੇ ਉਹ ਜੇ ਅਗਰ ਉਹ ਕਹਿੰਦੇ ਵੀ ਜੇ ਪੈਸੇ ਉੱਥੋਂ ਦੇ ਪ੍ਰੋਸੈਸ ਦੇ ਹਿਸਾਬ ਨਾਲ ਚੱਲੂਗਾ ਜਿਵੇਂ ਆਪਾਂ ਨੂੰ ਉਹਨਾਂ ਨੇ ਕਿਹਾ ਹੈ ਨਾ ਜੇ ਉਹ ਕਹਿੰਦੇ ਪੈਸੇ ਘੱਟਦੇ ਦਿਖੇ ਤਾਂ ਤੁਹਾਡੇ ਤੋਂ ਇਹ ਮੰਗਵਾ ਲਾਂਗੇ ਨਹੀਂ ਤਾਂ ਜੋ ਆਪਾਂ ਇੱਥੇ ਪੈਸਾ ਜਿਵੇਂ ਆਪਾਂ ਕਿਹਾ ਗਿਆ ਕਿ ਗਰੀਬ ਕਿਸੇ ਪਰਿਵਾਰ ਦੀ ਮਦਦ ਕਰਨੀ ਆ ਕਿਉਂਕਿ ਉੱਥੋਂ ਪੈਸਾ ਇੱਕ ਵਾਰੀ ਆਪਾਂ ਭੇਜਤਾ ਫਿਰ ਵਾਪਸ ਤਾਂ ਆਪਾਂ ਨੂੰ ਦੇਣਾ ਨਹੀਂ ਉਹਨਾਂ ਨੇ ਹੈ ਨਾ ਅਤੇ ਇੱਥੇ ਜੋ ਕੋਈ ਗਰੀਬ ਪਰਿਵਾਰ ਆਪਾਂ ਉਹਨਾਂ ਦੀ ਹੈਲਪ ਕਰ ਦੇਣੀ ਆ ਉਸ ਪੈਸੇ ਬਿਲਕੁਲ ਬਾਈ ਜੀ ਬਹੁਤ 1 ਰੁਪਏ ਦਾ ਹਿਸਾਬ ਦਿੱਤਾ ਜਾਊ ਐਸੀ ਗੱਲ ਨਹੀਂ ਹੈ ਜੇਕਰ ਸਾਰੀ ਸੰਗਤ ਨੇ ਸਾਡੇ 'ਤੇ ਵਿਸ਼ਵਾਸ ਕੀਤਾ ਤਾਂ ਆਪਾਂ ਵੀ ਉਹਨਾਂ ਦੇ ਉਮੀਦ 'ਤੇ 101% ਖਰੇ ਉਤਰਾਂਗੇ ਬਿਲਕੁਲ ਬਾਈ ਜੀ ਚਾਹੀਦਾ ਵੀ ਅੱਛਾ ਆਪਾਂ ਬਾਈ ਬਲਵਿੰਦਰ ਦੀ ਗੱਲ ਕਰ ਲਈਏ ਹੈ ਨਾ ਇੱਕ ਸਿੱਖ ਚਿਹਰੇ ਨਾਲ ਇਹ ਮੁੱਦਾ ਬਣ ਗਿਆ ਸੀਗਾ ਕਿਉਂਕਿ ਉਹ ਬਾਈ ਨੇ ਕਿਹਾ ਕਿ ਮੈਂ ਜੇ ਜਿੰਦਾ ਆਇਆ ਤਾਂ ਵੀ ਸਿੱਖ ਹੀ ਆਊਂਗਾ ਜੇ ਮੇਰੀ ਲਾਸ਼ ਆਈ ਤਾਂ ਵੀ ਮੈਂ ਸਿੱਖੀ ਰੂਪ 'ਚ ਹੀ ਆਊਂਗਾ ਹੈ ਨਾ ਅਤੇ ਉਹਨਾਂ ਨੇ ਧਰਮ ਪਰਿਵਰਤਨ ਦੀ ਗੱਲਬਾਤ ਉੱਧਰੋਂ ਕਹੀ ਗਈ ਸੀ ਜਿਵੇਂ ਤੁਸੀਂ ਪਹਿਲਾਂ ਦੱਸਿਆ ਸੀਗਾ ਤੁਹਾਨੂੰ ਲੱਗਦਾ ਸੀ ਇਹ ਧਾਰਮਿਕ ਮੁੱਦਾ ਹੈ ਨਾ ਹੁਣ ਬਣ ਚੁੱਕਿਆ ਸੀਗਾ ਕੀ ਬਾਈ ਨੇ ਕੁਛ ਸੋਚਿਆ ਤੁਹਾਡੀ ਗੱਲਬਾਤ ਹੁੰਦੀ ਹੋਣੀ ਆ ਵੀ ਮੈਂ ਸਿੱਖੀ ਧਾਰਨ ਕਰੂੰਗਾ ਜਾਂ ਮੈਂ ਸਿੱਖ ਜਿਹੜਾ ਬਾਣੇ 'ਚ ਪੂਰਾ ਉਤਰੂੰਗਾ ਬਿਲਕੁਲ ਬਲਵਿੰਦਰ ਸਿੰਘ ਨੇ ਕਿਹਾ ਸੀ ਕਿ ਮੈਂ ਪਹਿਲਾਂ ਜਦੋਂ ਇੰਡੀਆ ਵਾਪਸ ਆ ਜਾਊਂਗਾ ਅਤੇ ਮੈਂ ਗੁਰੂ ਦਾ ਸਿੰਘ ਸਜੂੰਗਾ ਅਤੇ ਗੁਰੂ ਨੇ ਜੋ ਮੇਰੇ ਹੱਥੋਂ ਕੋਈ ਚੰਗੇ ਕਰਮ ਜਾਂ ਕੋਈ ਕਿਸੇ ਦੀ ਹੈਲਪ ਵਗੈਰਾ ਕਰਨ ਦਾ ਜਿੰਨਾ ਪਰਮਾਤਮਾ ਨੇ ਬਲ ਬਖਸ਼ਿਆ ਮੈਂ ਵੱਧ ਤੋਂ ਵੱਧ ਹੈਲਪ ਵੀ ਕਿਸੇ ਦੀ ਕਰਾਂ ਅੱਛਾ ਟੋਟਲ ਜੇ ਆਪਾਂ ਲਾ ਲਈਏ ਇੱਕ ਆਈਡੀਆ ਵੀ ਕਿੰਨਾ ਕੁ ਤੱਕ ਮਹੀਨੇ ਕੁ ਤੱਕ ਜਾਂ 1.5 ਮਹੀਨੇ ਤੱਕ ਆ ਜਾਣਗੇ ਵਾਪਸ ਹੈ ਲੱਗਦਾ ਕੁਛ ਦੇਖੋ ਜੀ ਉੱਥੋਂ ਦੇ ਪ੍ਰੋਸੈਸ ਦਾ ਆਪਾਂ ਕੁਛ ਕਲੀਅਰ ਤਾਂ ਕਹਿ ਨਹੀਂ ਸਕਦੇ ਵੀ ਕਿੰਨਾ ਪ੍ਰੋਸੈਸ ਹੈਗਾ ਉਹ ਆਪਾਂ ਉਸ ਬਾਰੇ ਆਪਾਂ ਨੂੰ ਜਾਣਕਾਰੀ ਨਹੀਂ ਹੈਗੀ ਪਰ ਮੇਰੇ ਖਿਆਲ 'ਚ ਵੀ ਇਸੇ 5ਵੇਂ ਮਹੀਨੇ 'ਚ ਆ ਜਾਣੇ ਚਾਹੀਦੇ ਜੀ ਤੁਹਾਡੇ ਉੱਧਰਲੇ ਕੋਈ ਐਡਵੋਕੇਟ ਜਿਹਨਾਂ ਨਾਲ ਤੁਹਾਡੀ ਗੱਲਬਾਤ ਹੁੰਦੀ ਆ ਉਹਨਾਂ ਨੇ ਕੁਛ ਦੱਸਿਆ ਹੋਣਾ ਕਿੰਨਾ ਟਾਈਮ ਲੱਗਦਾ ਉਹ ਛੁੱਟੀਆਂ ਜੀ ਮੈਂ ਤੁਹਾਨੂੰ ਦੱਸ ਚੁੱਕਿਆ 1-2 ਛੁੱਟੀਆਂ ਹੈਗੀਆਂ ਉੱਥੇ ਜਦੋਂ ਕੋਰਟ ਲੱਗੇਗਾ ਅਤੇ ਉਸ ਤੋਂ ਬਾਅਦ ਉਹ ਆਪਾਂ ਨੂੰ ਅਪਡੇਟ ਦੇਣਗੇ ਵੀ ਉੱਥੋਂ ਉਹਨਾਂ ਨੂੰ ਕੀ ਅੱਗੇ ਮਿਲਿਆ ਹੈਗਾ ਅੱਛਾ ਬੜੇ ਸਾਰੇ ਲੋਕਾਂ ਨੇ ਮਦਦ ਕੀਤੀ ਉਹਨਾਂ ਨੂੰ ਵੇਟ ਸੀਗੀ ਹੈ ਨਾ ਕਿ ਅੱਜ 16 ਤਰੀਕ ਹੋ ਗਈ ਆ ਪਤਾ ਨਹੀਂ ਕੀ ਬਣਿਆ ਹੋਣਾ ਤਾਂ ਉਹਨਾਂ ਨੇ ਵੀ ਜਿਹੜਾ ਇੱਥੋਂ ਹੀ ਜਾਣਨਾ ਹੁੰਦਾ ਚੈਨਲਾਂ ਦੇ ਰਾਹੀਂ ਕਿ ਕੀ ਬਣਿਆ ਕਿੱਥੇ ਜੇ ਗੱਲ ਖੜੀ ਆ ਉਹ ਤੁਸੀਂ ਜ਼ਰੂਰ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਲੋਕ ਜਿਹੜੇ ਨੇ ਉਹ ਇੰਤਜ਼ਾਰ ਕਰ ਰਹੇ ਨੇ ਉਹ ਮੈਂ ਦੱਸਿਆ ਜੀ ਤੁਹਾਨੂੰ ਜਿਹੜੀ ਪੇਮੈਂਟ ਹੈਗੀ ਬਲਵਿੰਦਰ ਦੇ ਖਾਤੇ ਵਿੱਚ ਪਹੁੰਚ ਗਈ ਆ 2-3 ਛੁੱਟੀਆਂ ਹੈਗੀਆਂ ਉਸ ਤੋਂ ਬਾਅਦ ਜਦੋਂ ਕੋਰਟ ਲੱਗੂਗਾ ਵਕੀਲ ਸਾਹਿਬ ਆਪਾਂ ਨੂੰ ਅਪਡੇਟ ਦੇਣਗੇ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਚੱਲੂਗਾ ਯਾਨੀ ਕਿ ਆਪਾਂ ਕਹਿ ਦਈਏ ਕਿ ਹੁਣ ਸੇਫ ਆ ਬਲਵਿੰਦਰ ਸਿੰਘ ਨੂੰ ਕੋਈ ਮੰਨ ਕੇ ਚੱਲ ਇਸ ਮਸਲੇ ਤੋਂ ਹੁਣ ਸੇਫ ਹੈ ਆਪਣੇ ਲਈ ਬਿਲਕੁਲ ਬਾਈ ਜੀ ਸ਼ੁਕਰੀਆ
तो दोस्तों गलबात की भाई जोगिंदर सिंह के नाल बलविंदर सिंह के ब्रदर ने, उन्होंने दसाया कि एक बार पैसा जोड़ा है उत्थे पहुँच चुका, तो बलविंदर की जी जान सेफ हो चुकी आ। सो इंतजार रहेगा उस दिन का कि कहे दिन बलविंदर इंडिया वापस आएगा। शुक्रिया।